ਆਰ ਪਾਰ ਦੀ ਲੜਾਈ ਹੈ ਅਸੀਂ ਸਿਰ ਤੇ ਕਫਨ ਬੰਨਿਆ ਹੈ ਹਕੂਮਤ ਨੇ ਜੇ ਗੋਲੀਆਂ ਮਾਰਨੀਆਂ ਮਾਰ ਦੇਵੇ ਅੰਮ੍ਰਿਤ ਛਕਾਉਣ ਦਾ ਨਸ਼ੇ ਛਡਾਉਣ ਦੀ ਗੱਲ ਕੀਤੀ ਹੈ ਸ਼ਸਤਰਧਾਰੀ ਹੋਣ ਦੀ ਗੱਲ ਕੀਤੀ ਹੈ ਜੇ ਹਕੂਮਤ ਇਸ ਰਾਹ ਤੇ ਨਹੀਂ ਤੁਰਨ ਦੇਣਾ ਚਾਹੁੰਦੀ ਸਾਨੂੰ ਦੱਸੇ ਵੀ ਰਾਹ ਕਿਹੜਾ ਅਸੀਂ ਤੁਰ ਪਾਂਗੇ ਰਿਪੇਰੀਅਨ ਲਾ ਦੇ ਉੱਤੇ ਕਾਨੂੰਨ ਬਣਾਓ ਕਿ ਅਸੀਂ ਬਾਹਰ ਪੈਸਾ ਨਹੀਂ ਪਾਣੀ ਨਹੀਂ ਦੇਣਾ ਆ ਰਾਜਸਥਾਨ ਦੀਆਂ ਫੀਡਰਾਂ ਨਾਲ ਭਰ ਭਰ ਜਾਂਦੀਆਂ ਨੇ ਇਹਨਾਂ ਨੂੰ ਰੋਕਣ ਦਾ ਕੋਈ ਧੱਈਆ ਕਰੋ ਸਰਕਾਰ ਨੂੰ ਕਹੋ ਕਿ ਗੱਲਾਂ ਨਾ ਕਰੇ ਐਸ ਵਾਈ ਆਰ ਦੇ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲੇ ਕਰੀ ਜਾਂਦਾ ਤੁਸੀਂ ਇਕੱਲੇ ਬਿਆਨ ਦੇ ਜਾਂਦੇ ਜੋ ਜਾਂ ਤੇ ਅਸੈਂਬਲੀ 'ਚ ਖੜ ਕੇ ਕਾਨੂੰਨ ਪਾਸ ਕਰੋ ਵੀ ਪਾਣੀ ਨਹੀਂ ਜਾਣ ਦੇਣਾ ਬਾਹਰ ਤੇ ਪੰਥ ਨਾਲ ਖੜੂਗਾ ਤੇ ਜੇ ਗੱਲਾਂ ਹੀ ਕਰਨੀਆਂ ਸਿਰਫ ਤੇ ਫਿਰ ਕੋਈ ਨਹੀਂ। ਆਰ ਪਾਰ ਦੀ ਲੜਾਈ ਹੈ ਅਸੀਂ ਸਿਰ ਤੇ ਕਫਨ ਬੰਨਿਆ ਹਕੂਮਤ ਨੇ ਜੇ ਗੋਲੀਆਂ ਮਾਰਨੀਆਂ ਮਾਰ ਦੇਵੇ ਇਹ ਮੈਂ ਗੱਲ ਕਹਿਣਾ ਅਸੀਂ ਸ਼ਾਂਤਮਈ ਤਰੀਕਾ ਚੁਣਿਆ ਅੰਮ੍ਰਿਤ ਛਕਾਉਣ ਦਾ ਨਸ਼ੇ ਛਡਾਉਣ ਦੀ ਗੱਲ ਕੀਤੀ ਹੈ ਸ਼ਸਤਰਧਾਰੀ ਹੋਣ ਦੀ ਗੱਲ ਕੀਤੀ ਹੈ ਜੇ ਹਕੂਮਤ ਇਸ ਰਾਹ ਤੇ ਨਹੀਂ ਤੁਰਨ ਦੇਣਾ ਚਾਹੁੰਦੀ ਸਾਨੂੰ ਦੱਸੇ ਵੀ ਰਾਹ ਕਿਹੜਾ ਅਸੀਂ ਤੁਰ ਪਾਂਗੇ ਨਾ ਕੋਈ ਆਸ ਨਹੀਂ ਅਸੀਂ ਸਮਾਂ ਦਿੱਤਾ ਹੈ ਸਮਾਂ ਇਸ ਕਰਕੇ ਦਿੱਤਾ ਕਿ ਆਸ ਸਾਨੂੰ ਪੰਥ ਤੋਂ ਹੈ ਸਬਰ ਕੀਤਾ ਤੇ ਸਬਰ ਤੋਂ ਬਾਅਦ ਅਸੀਂ ਕੋਈ ਨੀ ਪੰਥ ਬੈਠ ਕੇ ਫੈਸਲਾ ਕਰਾਂਗੇ ਜੀ ਗੁਰਜੀਤ ਸਰਾਵਾਂ ਦਾ ਜਿਹੜਾ ਫਾਦਰ ਆ ਵੱਖ ਹੋ ਗਿਆ ਇਹਦੇ ਨਾਲ ਕਿਤੇ ਨਾ ਕਿਤੇ ਲਾਓ ਸੂ ਮੋਰਚੇ ਨੂੰ ਨਹੀਂ ਚਲੋ ਦੇਖੋ ਕੋਈ ਉਹਨਾਂ ਦਾ ਹੋ ਸਕਦਾ ਹੈ ਪਰ ਮੇਰੇ ਖਿਆਲ ਨਾਲ ਇਕੱਠੇ ਰਹਿਣਾ ਚਾਹੀਦਾ ਹੈ ਆਪਸੀ ਮਤਭੇਦ ਭੁਲਾ ਕੇ ਪੰਥ ਦਾ ਮਸਲਾ ਪੰਥ ਦੇ ਮਸਲੇ ਜਿਵੇਂ ਹੁਣ ਡੇਢ ਮਹੀਨੇ ਦਾ ਸਮਾਂ ਦੇਣ ਦੀ ਗੱਲ ਕਹੀ ਹੈ ਸਹੀ ਮੰਨਦੇ ਹੋ ਤੁਸੀਂ ਦੇਣਾ ਚਾਹੀਦਾ ਜਾਂ ਨਹੀਂ ਮੈਂ ਤੁਹਾਨੂੰ ਕਿਹਾ ਵੀ ਜਦੋਂ ਮੰਤਰੀ ਕਹਿ ਗਿਆ ਵੀ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਕੇ ਜਾ ਰਿਹਾ ਮੋਰਚਾ ਨਹੀਂ ਚੁੱਕਣਾ ਆਪਾਂ ਪਹਿਲਾਂ ਵੀ ਕਿਹਾ ਉਹਨਾਂ ਨੇ ਤਾਂ ਪਹਿਲੇ ਟਾਈਮ ਇਸ ਵਾਰ ਮੋਰਚਾ ਨਹੀਂ ਚੁੱਕਣਾ ਆਪਾਂ ਬਰਗਾੜੀ ਵਾਂਗੂ ਮੋਰਚਾ ਲੱਗੂਗਾ ਐਸਵਾਈਐਲ ਤੇ ਗੱਲ ਹੋਈ ਹੈ ਦੋਨਾਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨਜ਼ਰ ਆਏ ਪਾਣੀ ਦੇ ਲਈ ਤੋਕਾ ਵੀ ਹੈ ਨਹੀਂ ਕਿਸੇ ਹੋਰ ਸੂਬੇ ਲਈ ਉਸ ਬਾਰੇ ਕੀ ਕਹਿਣਾ ਤੇ ਉਹਨੂੰ ਕਿਹਾ ਵੀ ਪਹਿਲਾਂ ਦਿੱਲੀ ਕੋਲ ਪੈਸੇ ਮੰਗੋ ਸੁਭਕਾ ਤਾਂ ਨਹੀਂ ਹੈਗਾ ਆਪਾਂ ਨੂੰ ਪਤਾ ਦਿੱਲੀ ਕੋਲ ਪੈਸੇ ਮੰਗੋ ਰਾਇਲਟੀ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਕੋ ਪਾਰਟੀ ਦੇ ਆ ਪੈਸੇ ਦੇਣ ਸਾਨੂੰ ਉਹ ਹੈ ਦੂਜੀ ਗੱਲ ਇਹ ਹੈ ਰਿਪੇਰੀਅਨ ਲਾ ਦੇ ਉੱਤੇ ਕਾਨੂੰਨ ਬਣਾਓ ਕਿ ਅਸੀਂ ਬਾਹਰ ਪੈਸਾ ਨਹੀਂ ਪਾਣੀ ਨਹੀਂ ਦੇਣਾ ਆ ਰਾਜਸਥਾਨ ਦੀਆਂ ਫੀਡਰਾਂ ਨਾਲ ਭਰ ਭਰ ਜਾਂਦੀਆਂ ਨੇ ਇਹਨਾਂ ਨੂੰ ਰੋਕਣ ਦਾ ਕੋਈ ਧੱਈਆ ਕਰੋ ਸਰਕਾਰ ਨੂੰ ਕਹੋ ਕਿ ਗੱਲਾਂ ਨਾ ਕਰੇ ਐਸ ਵਾਈ ਐਲ ਦੇ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲੇ ਕਰੀ ਜਾਂਦਾ ਤੁਸੀਂ ਇਕੱਲੇ ਬਿਆਨ ਦੇ ਜਾਂਦੇ ਜੋ ਜਾਂ ਤੇ ਅਸੈਂਬਲੀ 'ਚ ਖੜ ਕੇ ਕਾਨੂੰਨ ਪਾਸ ਕਰੋ ਵੀ ਪਾਣੀ ਨਹੀਂ ਜਾਣ ਦੇਣਾ ਬਾਹਰ ਤੇ ਪੰਥ ਨਾਲ ਖੜੂਗਾ ਤੇ ਜੇ ਗੱਲਾਂ ਹੀ ਕਰਨੀਆਂ ਸਿਰਫ ਤੇ ਫਿਰ ਕੋਈ ਫਾਇਦਾ ਨਹੀਂ ਅਕਾਲੀਆਂ ਧਰਮ ਯੁੱਧ ਮੋਰਚਾ ਰਿਹਾ ਪਰ ਅਕਾਲੀ ਦਲ ਵੀ ਕਿਤੇ ਬੋਲਦਾ ਨਜ਼ਰ ਨਹੀਂ ਆਇਆ ਪਾਣੀ ਦੇ ਮੁੱਦੇ ਉਹ ਧਰਮ ਯੁੱਧ ਮੋਰਚਾ ਸੰਤਾਂ ਦੇ ਕਰਕੇ ਲੱਗਾ ਸੀ ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਜਿਹੜਾ ਠੀਕ ਹੈ ਤਾਂ ਤੁਸੀਂ ਸੁਣਿਆ ਜਿਹੜਾ ਅੰਮ੍ਰਿਤਪਾਲ ਸਿੰਘ ਅਤੇ ਗੁਰਜੀਤ ਸਨਮਾਨ ਤੇ ਗਿਆ ਅੰਮ੍ਰਿਤਪਾਲ ਸਿੰਘ ਇਸ ਹਨ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਜਿਹੜੇ ਕੌਮੀ ਆਗੂ ਨੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਜਿਹੜਾ ਕਹਿ ਦਿੱਤਾ ਕਿ ਮੋਰਚਾ ਜਿਹੜਾ ਉਹ ਲਗਾਤਾਰ ਜਾਰੀ ਰਹੂਗਾ ਮੋਰਚਾ ਨਹੀਂ ਚੱਕਿਆ ਜਾਊਗਾ ਭਾਵੇਂ ਕਿ ਜਿਹੜੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਇੱਥੇ ਕਰਤਾਰ ਸਿੰਘ ਸੰਧਮਾ ਜਾਂ ਜਿਹੜੇ ਮੰਤਰੀ ਇੱਥੇ ਪਹੁੰਚੇ ਸੀਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਅਸੀਂ ਡੇਢ ਮਹੀਨੇ ਦੇ ਵਿੱਚ ਇਨਸਾਫ ਦਵਾਵਾਂਗੇ ਤਾਂ ਉਹਨਾਂ ਨੇ ਕਿਹਾ ਕਿ ਡੇਢ ਮਹੀਨਾ ਹੋਰ ਡਿੱਕਣਾ ਅਸੀਂ ਡੇਢ ਮਹੀਨੇ ਦਾ ਜਿਹੜਾ ਟਾਈਮ ਜ਼ਰੂਰ ਜਿਹੜਾ ਸਰਕਾਰਾਂ ਨੂੰ ਦੇਵਾਂਗੇ ਪਰ ਮੋਰਚਾ ਜਿਹੜਾ ਲਗਾਤਾਰ ਜਾਰੀ ਰਹੂਗਾ ਤਾਂ ਉਹਨਾਂ ਨੇ ਜਿਹੜਾ ਮੋਰਚੇ ਤੋਂ ਵੱਖ ਹੋਏ ਹੈ ਸਾਧੂ ਸਿੰਘ ਉਹਨਾਂ ਦੇ ਵੀ ਕਿਹਾ ਹੈ ਕਿ ਉਹਨਾਂ ਦੇ ਆਪਦੇ ਵਿਚਾਰ ਨੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਰਹੀ ਕਿ ਡੇਢ ਮਹੀਨੇ ਤੱਕ ਜਿਹੜੀਆਂ ਪੰਜਾਬ ਦੀ ਸਰਕਾਰ ਹੈ ਇਹਨਾਂ ਨੂੰ ਜਿਹੜਾ ਇਨਸਾਫ ਦਿੰਦੀ ਹੈ ਜਾਂ ਨਹੀਂ ਜੋ ਇਨਸਾਫ ਚਾਹੁੰਦੇ ਆ ਉਹ ਮਿਲਦਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਏਗੀ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਬਹਿਬਲ ਕਲਾ ਫਰੀਦਕੋਟ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ